स्पेशल सीटा की दुकान हैगी इतने जिहड़ियां ड्राइवर सीटा तो दोस्तों पाजी को ट्रैक्टर सारा स्पेयर पार्ट मिलता है तुम दे सकते हो। तो पाजी थोड़ा हम दसनगे भी की स्पेयर पार्ट है की लगभग थोड़ा मोटा मोटा अभी रेट दस देंगे। तो भाजी मतलब की ट्रैक्टर का जो मेन स्पेयर पार्ट तुम रख दो? ट्रैक्टर सीट मिल जाएगी जी। ठीक है। ट्रैक्टर इलेक्ट्रॉनिक मीटर। ठीक है जी। सीटा वगैरह साढ़े को मिलन गया जी। ठीक है। तो सीट का की प्राइस रहता है? 2000 रुपया जी। 2500। ठीक है। 1500 जो भी मिल जाएगी। ठीक है। तो जेड़ा अपने जिम्मे हो दूजा स्पेयर पार्ट की गल जिम्मे साइलेंसर वगैरह है? साइलेंसर 500 रुपये रेंज तो लैके 1200 रुपये रेंज तक है जी। 1200 की रेंज तक है। हाँ जी। ठीक है जी। तो जे कोई बंदा जिम्मे फोन पर थोड़े ना कॉन्टैक्ट करके तो सीट इतों ऑर्डर कर दिया एड्रैस पहुँचा दें? रख दें जी। ठीक है जी। बस रख दें अगला उतों उतार लें उतों उतार लें। ਤੇ ਸਟੀਅਰਿੰਗ ਜਿਵੇਂ ਪਾਵਰ ਸਟੀਅਰਿੰਗ ਦਾ ਜਿਹੜਾ ਉਸ ਪੰਪ ਵਗੈਰਾ ਹੁੰਦਾ ਉਹ ਨਹੀਂ ਉਹ ਸੜਕ ਉਹਨੇ ਵੀਲ ਵਗੈਰਾ ਮਿਲਣਗੇ ਜੀ। ਅੱਛਾ ਵੀਲ ਵਗੈਰਾ ਮਿਲਣਗੇ। ਵੀਲ ਵਗੈਰਾ ਠੀਕ ਹੈ। ਤਾਂ ਦੋਸਤੋ ਸਾਈਡ ਸੀਟਾਂ ਵੀ ਤੁਸੀਂ ਲੈ ਸਕਦੇ ਹੋ ਇੱਥੇ ਪਈਆਂ ਹੋਈਆਂ ਉੱਤੇ। ਤੇ ਤੁਸੀਂ ਭਾਅ ਜੀ ਆਪਦਾ ਮੋਬਾਈਲ ਨੰਬਰ ਤੇ ਸ਼ਾਪ ਨੰਬਰ ਬੋਲ ਦਿਓ ਇੱਕ ਵਾਰੀ ਵੀਡੀਓ ਵਿੱਚ। ਸਾਡਾ ਜੀ ਵਿੱਕੀ ਟ੍ਰੇਡਰਸ ਦੇ ਨਾਮ ਦੀ ਦੁਕਾਨ ਹੈ ਜੀ। ਠੀਕ ਹੈ ਜੀ। 9417-9898 ਫੋਨ ਨੰਬਰ ਹੈ ਜੀ। ਠੀਕ ਹੈ। ਤੇ ਤੁਸੀਂ ਭਾਅ ਜੀ ਨਾਲ ਪਟਿਆਲਾ ਮਾਰਕੀਟ ਦੇ ਵਿੱਚ ਆ ਕੇ ਕੰਟੈਕਟ ਕਰ ਸਕਦੇ ਹੋ। ਤੇ ਜੋ ਵੀ ਤੁਹਾਨੂੰ ਟ੍ਰੈਕਟਰ ਦਾ ਕੋਈ ਵਧੀਆ ਤੋਂ ਵਧੀਆ ਸੀਟ ਸਾਇਲੈਂਸਰ ਇੰਡੀਕੇਟਰ ਜੋ ਵੀ ਸਮਾਨ ਚਾਹੀਦਾ ਹੋਇਆ ਤੁਸੀਂ ਸਪੇਅਰ ਪਾਰਟ ਭਾਅ ਜੀ ਕੋਲੋਂ ਲੈ ਸਕਦੇ ਹੋ। ਓਕੇ ਭਾਅ ਜੀ ਥੈਂਕ ਯੂ। ਭਾਈ ਕਿੱਥੋਂ ਆਏ ਹੋ ਪਹਿਲਾਂ? ਅੱਜ ਭਾਈ 15 ਤੋਂ ਆਏ ਆ। ਪਛਾ ਦੇ ਪੰਜਾਹ ਰੁਪਏ ਵੀ ਨਹੀਂ ਘਟਾਏ। ਚਾਹ ਵੀ ਨਹੀਂ ਪੁੱਛਿਆ ਬਾਈ। ਏਅਰ ਫਿਲਟਰ ਦੋ ਲਏ ਆ ਤੁਸੀਂ? ਤਿੰਨ ਬਾਈ। ਇੱਕ ਵਾਰ ਵਿੱਚ ਇਹ ਕਿੰਨੇ ਕਿੰਨੇ ਦੇ ਲਾਏ? 9900 ਦੇ ਰਾਈਟ ਬਾਈ। 9900 450 ਦਾ ਲਾਏ। 450 ਦਾ ਇਹ ਲਾਏ। 450 ਦਾ ਇਹ ਲਾਏ। 450 ਦਾ 900 ਦੇ ਇਹਨਾਂ ਨੇ ਲੈਣੀ ਮਨ ਛੱਡੀਏ। ਅੱਛਾ। ਉਹਨਾਂ ਨੂੰ ਫਿਕਸ ਰੇਟ ਕਰ। ਫਿਕਸ ਰੇਟ ਕਾਉਂਟ ਵਾਲੀ ਬੋਲ ਦਿਖਾ ਮੰਨ ਲੱਗ ਗਿਆ। ਚਲ ਕੋਈ ਗੱਲ ਨਹੀਂ ਆਪਣੇ। ਚਲੋ ਠੀਕ ਹੈ। ਥੈਂਕ ਯੂ। ਥੈਂਕ ਯੂ। ਫੌਜੀ ਵਾਲੇ ਦੀਪਾਂ ਦਾ ਵੀ ਟੈਂਕੀਆਂ ਇੱਥੇ ਪਈਆਂ ਹੋਈਆਂ। ਹਰ ਇੱਕ ਸਮਾਨ ਜਿਹੜਾ ਤੁਹਾਨੂੰ ਇੱਥੇ ਕਬਾੜ ਮਾਰਕੀਟ ਦੇ ਵਿੱਚੋਂ ਮਿਲੂਗਾ। ਛੋਟਾ ਇੱਕ ਐਮ ਟੀ ਐਸ ਦਾ ਰਾਈਟਰ। ਪਹਿਲਾਂ ਐਮ ਟੀ ਐਸ ਦੀ ਸਿਮ ਰਾਜਸਥਾਨ 'ਚ ਤਾਂ ਚੱਲਦੀ ਸੀ, ਬਾਕੀ ਸਟੇਟਾਂ ਦਾ ਨਹੀਂ ਪਤਾ। ਪਰ ਤੁਸੀਂ ਦੇਖ ਸਕਦੇ ਹੋ ਦੋਸਤੋ, ਐਮ ਟੀ ਐਸ ਨਹੀਂ ਸੋਰੀ, ਮਿਤਸੁਬਿਸ਼ੀ ਦਾ ਟਰੈਕਟਰ ਹੈ ਦੋਸਤੋ ਇਹ ਸ਼ਕਤੀ। ਅਤੇ ਇਹ ਵੀ ਪਟਿਆਲਾ ਮਾਰਕੀਟ ਦੇ ਵਿੱਚ ਖੜ੍ਹਾ ਹੈ ਕਬਾੜ ਦੇ ਵਿੱਚ। ਕਿਸੇ ਬੰਦੇ ਨੇ ਰੈਸਟੋਰੈਂਟ 'ਚ ਇਹਨੂੰ ਲੈ ਜਾਓ ਖਰੀਦ ਕੇ, ਇਹਨੂੰ ਤਿਆਰ ਤਿਉਰ ਕਰਾ ਕੇ ਰੈਸਟੋਰੈਂਟ ਦੇ ਮੂਹਰੇ ਤੁਸੀਂ ਡਿਸਪਲੇ ਲਾ ਸਕਦੇ ਹੋ ਇਹਦੀ। ਅਤੇ ਦੇਖ ਸਕਦੇ ਹੋ ਦੋਸਤੋ ਕਬਾੜ ਟਰੈਕਟਰ ਦਾ ਕਿੱਡਾ, ਸਭ ਤੋਂ ਵੱਡੀ ਪੰਜਾਬ ਦੀ ਕਬਾੜ ਮਾਰਕੀਟ ਹੈ ਟਰੈਕਟਰ ਦੀ। ਟਰੈਕਟਰ ਦੇ ਹਿੱਸੇ, ਟਰੈਕਟਰਾਂ ਦੇ ਇੰਜਨ, ਹਰ ਇੱਕ ਚੀਜ਼ ਮਿਲਦੀ ਹੈ। ਕਿਸੇ ਨੇ ਇੱਦਾਂ ਹੀ ਜਿੱਦਾਂ ਪੀਸ ਪਿਆ ਜੇ ਇੱਦਾਂ ਹੀ ਚੱਕਣਾ ਤਾਂ ਇੱਦਾਂ ਵੀ ਤੁਸੀਂ ਚੱਕ ਸਕਦੇ ਹੋ। ਅਤੇ ਜੇ ਇੰਜਨ ਨੂੰ ਤਿਆਰ ਕਰਵਾ ਕੇ ਲੈਣਾ ਤਾਂ ਤਿਆਰ ਕਰਵਾ ਕੇ ਵੀ ਇੰਜਨ ਬੰਦੇ ਨੂੰ ਦੇ ਦਿੰਦੇ ਆ। ਅਤੇ ਦੋਸਤੋ ਆਹ ਦੇਖ ਸਕਦੇ ਹੋ ਕਮੋਟਾ 4508 4x4 ਵੀ ਆਹ ਇੱਥੇ ਕਬਾੜ ਦੇ ਵਿੱਚ ਖੜ੍ਹਾ ਹੈ। ਜਮਾਂ ਹਾਲਾਤ ਵਿਚਾਰੇ ਦੇ ਉੱਤੇ ਉੱਤੇ ਇੱਥੇ ਦਰਤਵੈਰਾ ਵੀ ਖੜ੍ਹੀ ਹੈ, ਇਹ ਵੀ ਕਬਾੜ ਦੇ ਵਿੱਚ ਦੱਬੀ ਹੋਈ ਹੈ। ਪੁਰਾਣੇ ਟਾਇਰ ਹੈ ਦੋਸਤੋ, 30-40% ਦੀ ਕੰਡੀਸ਼ਨ 'ਚ ਪਏ ਹੋਏ, 1000-1500 ਦੀ ਰੇਂਜ ਇਹ ਦੇ ਦਿੰਦੇ ਆ ਟਾਇਰ। ਅਤੇ ਜਿਹੜੀ 50% ਦੀ ਕੰਡੀਸ਼ਨ 'ਚ ਟਾਇਰ ਹੁੰਦੇ ਆ ਉਹ 6000 ਤੋਂ ਲੈ ਕੇ 10-12000 ਤੱਕ ਟਾਇਰ ਇਹ ਦੇ ਦਿੰਦੇ ਆ। ਅਤੇ ਜੇ ਆਪਾਂ ਹੁਣ ਕਿੰਨੇ ਦੇ ਨੇ ਸੰਗਲ? ਸੰਗਲ 80 ਰੁਪਏ ਕਿਲੋ ਸੰਗਲ। ਤੇ ਜਿਹੜੇ ਆਟੋ ਚ ਨੇ 650 ਰੁਪਏ ਦੇ, 20 ਫੁੱਟ ਲੰਬੇ 650 ਰੁਪਏ ਦੇ। ਤੇ ਜੈਕ ਜਿਹੜੇ ਹੈਗੇ ਆ 850 ਰੁਪਏ ਦਾ, ਇਹ ਜੈਕ ਹੈਗਾ 850 ਰੁਪਏ ਦਾ। ਟੂਲ ਕਿੱਟ ਨਹੀਂ ਨਹੀਂ
1500 रुपए की टूल किट है। ठीक है जी, ओके दोस्तों, इतने तुम देख सकते हो भी कोई भी जो समान है, बड़ी चाबी ले सकते हो, तोता रेंच ले सकते हो, बड़ा संगल ले सकते हो। पाज की दुकान पटियाला मार्केट च बिरला हार्डवेयर स्टोर के नाम तो 300389 नंबर दुकान है। तो जे आप इन्होंने मोबाइल नंबर की गल करिए 9876833693 तो तुम कॉन्टैक्ट करके भाई जी समान वास्ते भी पहुँचा दें जो कोई बंदा ऑर्डर करे तो। अच्छा इतों तुम दुकान पर देने, ठीक है। देख सकते तुम जे सी बी इंटरनेशनल पीले रंग का पुराना ट्रैक्टर, ये भी एक बार मार्केट में कड़ा होया। किसान एकताल जीप भी आ रही है, सू दिखा देने तो तुम देख सकते हो कि किसान एकता भी झंडे लगे हुए पटियाला मार्केट के गड्डिया घूम रही हैं। तो दोस्तों महिंद्रा दीपा बलैरो की बाडी तो हर एक चीज़ दोस्तों, मतलब ट्रैक्टर पुराने ड्रम लेने होल वास्ते किसी ने आप जिमीदार भरा यूज़ करते घर तो तुम देख सकते दोस्तों तेल के जोड़े ड्रम है वो इतने मिलते भाई ड्रम अपने सारे कोई जिमीदार भरा लैके आना तो की रेट का ड्रम दें जी। खाली ड्रम 600 रुपए का, वैसे आप तेल का काम करने सीएल वगैरह मोबाइल वगैरह। ठीक है जी, तो जिमें सीएल मोबाइल भी तुम वैट ब्रेक नवे मॉडल जिम्मे ट्रैक्टर आ रहे हैं वैट ब्रेक। ठीक है जी, सारा तुम कर। ठीक है तो दोस्तों तुम भाई का कॉन्टैक्ट नंबर सामने सैगल ट्रैक्टर ऑयल मरचेंट देख सकते हो, कि मोबाइल नंबर इन्हों का है 9987735110 से कॉन्टैक्ट करके तुम भाजी न गलबात कर सकते हो। किसी ने ड्रम लेना होवे, सीएल लेना होवे, ऑयल लेना होवे, है ना जी। ओके जी, थैंक यू। तो दोस्तों अगे मार्केट के एक होर VST VT 180D हर मैदान फतेह से ये भी ट्रैक्टर खड़ा है कबाड़ मार्केट के देख सकते हो। तो मित्सुबिशी वालों ने ट्रैक्टर है, बिल्कुल छोटे छोटे हाँ, तो सिद्धू मूसेवाल का स्टिकर लग्या होया तो लिखा हुआ 911 वर्गा। तो दोस्तों ट्रैक्टर दियाँ शूं भी पईया 25x22 की पई है, मटगाड पे हुए है HMT वाले, तो OX45 यदी भी शो पई हुई है, इतने रिम पे है ट्रैक्टर के, वादू कबाड़ का समान हर एक चीज़ थोड़ा इतों मिलेगी। किसी भी तरह का कोई भी स्पेयर पार्ट दे दो स्वराज का जो 855 का ठीक है। तो दोस्तों इधर फार्म ट्रैक्टर, फार्म ट्रैक्टर 5000
5000 ਤੁਸੀਂ ਫਾਰਮ ਟਰੈਕ ਦੇ ਮਦਗਾਰ ਲੈ ਸਕਦੇ ਹੋ ਜਮਾ ਇਹ ਪੇਂਟ ਹੁੰਦੇ ਸਾਰੇ ਮਤਲਬ ਜਮਾ ਨਵਾਂ ਨਹੀਂ ਕਹਿ ਸਕਦੇ ਆਪਾਂ ਠੀਕ ਹੈ ਤੇ ਦੋਸਤੋ ਜਮਾ ਨਵੇਂ ਵਰਗੇ ਪੀਸ ਹੈ ਮਤਲਬ ਫੀਲ ਹੀ ਨਹੀਂ ਹੁੰਦਾ ਕਿ ਟਰੈਕਟਰ ਦੇ ਜਿਹੜੇ ਮਦਗਾਰ ਆ ਉਹ ਪੇਂਟ ਹੋਏ ਆ ਜਿਹੜੇ ਅੰਦਰ ਬੰਪਰ ਪਏ ਹੋਏ ਆ ਉਹ 1800 ਦੇ 1800 ਦੇ ਕਿਹੜੇ ਕਿਹੜੇ ਟਰੈਕਟਰ ਦੇ ਬੰਪਰ ਪਏ ਸ਼ੋਪ ਨੰਬਰ 259 ਹੈ ਅਤੇ ਮੋਬਾਈਲ ਨੰਬਰ 98881 9623 ਅਤੇ ਦੂਜਾ ਮੋਬਾਈਲ ਨੰਬਰ ਹੈਗਾ 98155 ਅਤੇ 38843 ਔਰ ਜਗਦੀਪ ਟਰੈਕਟਰ ਦੇ ਨਾਮ ਤੋਂ ਸ਼ੋਪ ਹੈ ਪਟਿਆਲਾ ਮਾਰਕੀਟ ਦੇ ਵਿੱਚ ਤੁਸੀਂ ਭਾਅ ਜੀ ਨੂੰ ਫੋਨ 'ਤੇ ਕੰਟੈਕਟ ਕਰਕੇ ਆ ਸਕਦੇ ਹੋ ਅਤੇ ਭਾਅ ਜੀ ਕੋਈ ਬੰਦਾ ਫੋਨ 'ਤੇ ਤੁਹਾਡੇ ਤੋਂ ਮਦਗਾਰਡ ਮੰਗਵਾਉਂਦਾ ਹੈ ਪੰਜਾਬ ਦੇ ਵਿੱਚ ਜਾਂ ਹਰਿਆਣੇ 'ਚ ਤਾਂ ਤੁਸੀਂ ਬੱਸ 'ਤੇ ਵੀ ਆ ਕਿਸੇ ਕੋਈ ਸਾਹਮਣੇ ਆ ਜਾਓ ਠੀਕ ਹੈ ਤਾਂ ਦੋਸਤੋ ਜੇ ਤੁਸੀਂ ਆਪਣੀ ਗੱਡੀ ਲਿਆਓ ਅਤੇ ਰੱਖ ਕੇ ਲੈ ਜਾਓ ਠੀਕ ਹੈ ਐਟ ਏ ਮੌਕੇ 'ਤੇ ਇੱਥੇ ਜੋ ਵੀ ਤੁਸੀਂ ਚੀਜ਼ ਪਸੰਦ ਕਰੋਗੇ ਤੁਹਾਨੂੰ ਇੱਥੋਂ ਦੁਕਾਨ ਤੋਂ ਹੀ ਲੈ ਕੇ ਜਾਣੀ ਪਊਗੀ ਓਕੇ ਭਾਈ ਥੈਂਕ ਯੂ ਟਰੈਕਟਰ ਟਰੈਕਟਰ ਖੜ੍ਹੇ ਆ ਟਰੈਕਟਰਾਂ ਦਾ ਹੜ੍ਹ ਆਇਆ ਪਿਆ ਹੋਇਆ ਪਾਵਰ ਟਰੈਕ ਪਾਵਰ ਟਰੈਕ ਹਾਲੇ ਤੱਕ ਨਹੀਂ ਆਇਆ ਸੀ ਤਾਂ ਪਹਿਲਾ ਟਰੈਕਟਰ ਜਿਹੜਾ ਮੈਂ ਹਾਲੇ ਤੱਕ ਮਾਰਕੀਟ ਦੇ ਵਿੱਚ ਘੁੰਮਣ ਦੇਖਿਆ ਵੀ ਕਿਹੜਾ ਇੱਕ ਹੀ ਟਰੈਕਟਰ ਖੜ੍ਹਾ ਪਾਵਰ ਟਰੈਕ ਬਾਕੀ ਸਾਰੇ ਟਰੈਕਟਰ ਖੜ੍ਹੇ ਨੇ ਸਾਰੀਆਂ ਠੀਕ ਹੈ ਮਹਿੰਦਰਾ 255 ਪੁਰਾਣੇ ਟਾਇਰ 50% ਕਦੇ ਹੋਏ 20% 30% ਹਰ ਇੱਕ ਤਰ੍ਹਾਂ ਦੇ ਟਾਇਰ ਆਪਣੇ ਉੱਤੇ ਲੱਗੇ ਆ ਜਿਵੇਂ ਫੈਕਟਰੀ ਦਾ ਕਮਾਲ ਪੂਰਾ ਮਿਨੀਮਮ ਅਤੇ ਉਸ ਤੋਂ ਉੱਪਰ ਟਾਇਰਾਂ ਦੀ ਕੰਡੀਸ਼ਨ ਅਤੇ ਟਾਇਰਾਂ ਦੇ ਕੰਮ ਸਾਈਜ਼ 'ਤੇ ਡਿਪੈਂਡ ਕਰਦਾ ਕਿ ਕਿਹੜੇ ਸਾਈਜ਼ ਦਾ ਤੁਸੀਂ ਟਾਇਰ ਲੈ ਰਹੇ ਹੋ ਅਤੇ ਕਿਹੜੀ ਕੰਡੀਸ਼ਨ ਦੇ ਵਿੱਚ ਟਾਇਰ ਲੈ ਰਹੇ ਹੋ ਅਤੇ ਜੇ ਆਪਾਂ ਮਹਿੰਦਰਾ ਅਰਜਨ ਦੀ ਗੱਲ ਕਰੀਏ ਤਾਂ ਅਰਜਨ ਇੱਕ ਬੁੜਾ ਵੀ ਖੜ੍ਹਾ ਵਿਚਾਰਾ ਅਤੇ ਲੱਗਦਾ ਵੀ ਅਰਜਨ ਨੂੰ ਢਾਲ ਹੈ